ਸੰਗਰੂਰ ਦੇ ਨੇੜਲੇ ਪਿੰਡ ਦੀ 2 ਮਹੀਨਿਆਂ ਤੋਂ ਲਾਪਤਾ ਹੋਈ 4 ਸਾਲਾ ਬੱਚੀ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਪਰ ਅਚਾਨਕ ਪਿਛਲੇ 2 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਬੱਚੀ ਦੀ ਤਸਵੀਰ ਨੇ ਸੰਗਰੂਰ ਤੋਂ ਲਾਪਤਾ ਬੱਚੀ ਦੇ ਮਾਪਿਆਂ ਦੀ ਚਿੰਤਾ ਨੂੰ ਵਧਾ ਕੇ ਰੱਖ ਦਿੱਤਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਫੋਟੋ ਵਿੱਚ ਨਜ਼ਰ ਆਉਂਦੀ ਬੱਚੀ ਦੀ ਸ਼ਕਲ ਲਾਪਤਾ ਬੱਚੀ ਨਾਲ ਹੂਬਹੂ ਮਿਲਦੀ ਹੈ। ਬੱਚੀ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਫੋਟੋ ਉਹਨਾਂ ਦੀ ਬੇਟੀ ਦੀ ਹੀ ਹੈ। ਨਾਲ ਹੀ ਫੋਟੋ ਵਿੱਚ ਬੱਚੀ ਦੇ ਹੱਥ ਵਿੱਚ ਦਿੱਤੇ 10 ਰੁਪਏ ਵੇਖ ਕੇ ਪਿਤਾ ਨੇ ਸ਼ੱਕ ਜਤਾਇਆ ਕਿ ਉਹਨਾਂ ਦੀ ਬੇਟੀ ਕੋਲੋਂ ਭੀਖ ਮੰਗਵਾਈ ਜਾ ਰਹੀ ਹੈ। ਇਹ ਬੇਟੀ ਜੋ ਹੈ ਆਪਣੇ ਜੈਸੀ ਦਿਖ ਰਹੀ ਹੈ, ਆਪਣੀ ਹੀ ਬੇਟੀ ਹੈ, ਔਰ ਅਗਰ ਇਹ ਬੇਟੀ ਕਹੀਂ ਢੂੰਢ ਨਿਕਾਲੇ ਪੁਲਿਸ ਤੋਂ ਬਹੁਤ ਬੜੀ ਮਿਹਰਬਾਨੀ ਹੋਗੀ। ਫੋਟੋ ਹੁਣ ਦੇਖ ਰਹੇ ਹੋ, ਪੱਕਾ ਵਿਸ਼ਵਾਸ ਹੈ ਹਮਾਰੇ ਲੜਕੇ ਵੀ ਹੈ, ਔਰ ਉਸ ਦਿਨ ਜੋ ਸਾਧ ਆਏ ਤੇ ਉਹਨੇ ਲੈ ਕੇ ਗਏ ਹੋਏ ਹਨ, ਕਿਉਂਕਿ ਹਮਾਰੇ ਲੜਕੇ ਮੈਂ ਉਸਕੇ ਬਾਅਦ ਮੈਂ ਢੂੰਢਣੇ ਲਗੀ ਤੋ ਪਤਾ ਨਹੀਂ ਚਲਾ ਕਿ ਹਮਾਰੇ ਲੜਕੇ ਕਿੱਧਰ ਹੈ। ਖੇਤ ਖੁਦ ਮੇ ਹਮਾਰਾ ਕੁਆਟਰ ਹੈ, ਉਸਕੇ ਬਾਅਦ ਚਾਰੋ ਤਰਫ ਦੇਖ ਲਿਆ, ਖੇਤ ਮੇ ਸਾਰੇ ਦੇਖ ਲਿਆ, ਹਮੇ ਸਾਰਾ ਕਹੀਂ ਨਹੀਂ ਮਿਲੀ ਲੜਕੀ ਹਮਾਰੀ। ਹਾਂ, ਕੁਏਂ ਵੀ ਦੇਖ ਲਿਆ, ਖੱਡੇ ਖੁੱਡੇ ਦੇਖ ਲਿਆ, ਸਾਰਾ ਖੁਦਵਾ ਖੁਦਵਾ ਕੇ ਕਹੀਂ ਕੁਛ ਵੀ ਪਤਾ ਨਹੀਂ ਚਲਾ। ਇਹ ਬੇਸਿਕਲੀ ਇੱਕ ਰੀਟਾ ਨਾਂ ਦੀ ਬੱਚੀ ਹੈ, ਮਾਈਗਰੈਂਟ ਹੈ, ਇਹਦਾ ਫਾਦਰ ਪੈਪਸੀਕੋ ਦੇ ਵਿੱਚ ਕੰਮ ਕਰਦਾ ਹੈ, ਇਹਦੀ ਏਜ ਕਰੀਬ 4 ਸਾਲ ਦੀ ਹੈ। ਮਿਸਿੰਗ ਹੋਈ ਹੈ ਸਾਡੇ ਇੱਥੋਂ 28/3 ਨੂੰ, 28 ਮਾਰਚ ਨੂੰ। ਉਹਦੀ ਇਹ ਉਹਦਾ ਫਾਦਰ ਆਇਆ ਸੀ, ਕਿਸੇ ਨੇ ਨਾ ਕੋਈ ਮਾਝਾ TV ਹੈਗਾ ਇਹਦੇ ਉੱਤੇ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਉਹ ਪਤਾ ਕਰ ਰਹੇ ਹਾਂ। ਮੈਨੂੰ ਤਾਂ ਇਹ ਮਤਲਬ ਪਤਾ ਲੱਗਿਆ ਸਾਡੇ ਟੈਕਨੀਕਲਸ ਕੋਲੋਂ ਵੀ ਇਹ ਕੈਲੀਫੋਰਨੀਆ ਤੋਂ ਉਹ ਲੋਡ ਹੋਈ ਹੈ, ਉਹਦੇ ਵਿੱਚ ਚੱਲ ਰਹੀ ਹੈ ਜਿਹੜਾ ਇਹ ਮਾਝਾ TV ਹੈ। ਉਹਦਾ ਫਾਦਰ ਕਹਿੰਦਾ ਵੀ ਮੈਨੂੰ ਉਹ ਜਿਹੜੀ ਫੋਟੋ ਵਿੱਚ ਵਾਇਰਲ ਹੋ ਰਹੀ ਹੈ ਉਹਦੇ ਨਾਲ 90% ਮੇਰੀ ਬੱਚੀ ਦੀ ਸ਼ਕਲ ਮਿਲਦੀ ਹੈ, ਤਾਂ ਉਹਦਾ ਡਾਊਟ ਦੂਰ ਕਰਨ ਲਈ ਕਿ ਉਹੀ ਤਾਂ ਨਹੀਂ ਲੜਕੀ ਹੈ, ਅਤੇ ਅਸੀਂ ਉਹ ਟਰਾਈ ਕਰ ਰਹੇ ਹਾਂ ਵੀ ਉਹਨਾਂ ਨਾਲ ਰਾਬਤਾ ਕਰ ਰਹੇ ਹਾਂ। ਉਹਨਾਂ ਦਾ ਨੰਬਰ ਵੈਸੇ ਅਸੀਂ ਲੋਕੇਟ ਕਰ ਲਿਆ ਵੀ ਉਹ ਕਿੱਥੋਂ ਅਪਲੋਡ ਹੋਈ ਹੈ, ਕਿੱਥੇ ਆ ਉਹ ਬੱਚੀ, ਉਹ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਜੇ ਪਤਾ ਲੱਗ।